ਜਿਹੜਾ ਮੁੱਖ ਮੰਤਰੀ ਦਾ ਦਾਅਵਾ ਸੀਗਾ 13-0 ਵਾਲਾ, ਉਹ ਵੀ ਪੂਰਾ ਕਰ ਦਿਆਂਗੇ, 0-13 ਤੇ ਖੜਾ ਦਿਆਂਗੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ। ਬਾਬਾ ਸੁੱਖ ਰੱਖੇ, ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਏ। ਪ੍ਰਧਾਨ ਜੀ, ਦੋ ਲਿਸਟਾਂ 'ਚ ਆਉਣਗੀ ਕਿ ਇੱਕੋ ਹੀ ਲਿਸਟ ਜਾਰੀ ਕਰੂੰਗੇ? ਹੋ ਸਕਦਾ ਇੱਕ ਲਿਸਟ ਹੀ ਆ ਜਾਏ, ਇੱਕ ਲਿਸਟ ਦੇ ਵਿੱਚ ਹੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਸਾਰੀਆਂ ਟਿਕਟਾਂ ਅਨਾਊਂਸ ਕਰ ਦਿਆਂਗੇ। ਸੰਗਰੂਰ 'ਚੋਂ ਕਿਹਦੀ ਉਮੀਦਵਾਰੀ ਤੈਅ ਮੰਨ ਰਹੇ? ਸੰਗਰੂਰ 'ਚੋਂ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਉਹਨੂੰ ਟਿਕਟ ਦੇ ਦਿਆਂਗੇ, ਜਿਹਨੂੰ ਕਹਿਣਗੇ। ਖਹਿਰਾ ਸਾਹਿਬ ਦੀਆਂ ਸਰਗਰਮੀਆਂ, ਮੈਂ ਤੁਹਾਨੂੰ ਕਿਹਾ ਵੀ ਸਰਗਰਮੀਆਂ ਤਾਂ ਤੇਜ਼ ਕਰਨੀਆਂ ਹੀ ਚਾਹੀਦੀਆਂ ਹਰ ਵਿਅਕਤੀ ਨੂੰ, ਚਾਹੇ ਉਹ ਖਹਿਰਾ ਸਾਹਿਬ ਹੈ ਚਾਹੇ ਕੋਈ ਹੋਰ ਸਿੰਗਲਾ ਸਾਹਿਬ ਹੈ। ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਸਰਗਰਮੀਆਂ ਤੇਜ਼ ਹੋਣਗੀਆਂ ਤਾਂ ਰਾਜਨੀਤੀ ਕਾਂਗਰਸ ਪਾਰਟੀ ਨੂੰ, ਸਾਨੂੰ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ, ਆਮ ਲੋਕਾਂ ਨੂੰ ਵੀ ਹੋਏਗਾ। ਅਗਲੇ ਹਫਤੇ ਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਹੁਣ ਤੱਕ ਸੀਐਮ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖ ਰਹੇ ਹੋ? ਸੀਐਮ ਦੀ ਕੋਈ ਪ੍ਰਾਪਤੀ ਹੋਵੇ ਤਾਂ ਮੈਂ ਵੇਖਾਂ, ਪ੍ਰਾਪਤੀ ਕੋਈ ਹੈ ਹੀ ਨਹੀਂ ਸੀਐਮ ਦੀ। ਕੋਈ ਤੁਸੀਂ ਦੱਸ ਦਿਓ ਕਿ ਤੁਸੀਂ ਸੀਐਮ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਵੇਖਦੇ ਹੋ ਸੰਗਰੂਰ ਵਾਲਿਓ? ਜੇ ਕੋਈ ਹੈਗੀ ਆ ਪ੍ਰਾਪਤੀ ਸੀਐਮ ਨੂੰ ਦੱਸ ਦਿਓ। ਪ੍ਰਧਾਨ ਜੀ, ਇੱਕ ਚਰਚਾ ਚੱਲ ਰਹੀ ਹੈ ਬੈਂਸ ਭਰਾਵਾਂ ਦੀ ਕਾਂਗਰਸ ਦੇ ਵਿੱਚ ਆਉਣ ਦੀ। ਚਰਚਾਵਾਂ ਇੱਕ ਦੀ ਨਹੀਂ, ਬਥੇਰੇ ਲੋਕਾਂ ਦੀ ਚੱਲ ਰਹੀ ਹੈ, ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ। ਅਸੀਂ ਲੋਕ ਕੀ ਹੈ, ਅਸੀਂ ਇਹ ਨਹੀਂ ਗਾ ਕੁਆਲਿਟੀ ਲੋਕ ਲੈਂਦੇ ਹਾਂ, ਕੁਆਂਟਿਟੀ ਨਹੀਂ ਲੈਣੀ। ਅੱਜ ਬੀਜੇਪੀ 'ਚ ਕੁਆਂਟਿਟੀ ਜਾ ਰਹੇ ਨੇ, ਆਮ ਆਦਮੀ ਪਾਰਟੀ 'ਚ ਕੁਆਂਟਿਟੀ ਜਿਹੜੇ ਹੈਗੇ ਨੇ ਇਹੋ ਜਿਹਾ ਮਾਲ ਜਾ ਰਿਹਾ। ਮੇਰੇ ਕਹਿਣ ਦਾ ਮਤਲਬ ਕੁਆਲਿਟੀ ਲੋਕ ਜਿਹਨਾਂ ਨੂੰ ਲੋਕ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਸ਼ਾਮਿਲ ਜ਼ਰੂਰ ਕਰਾਂਗੇ। ਜਿਨ੍ਹਾਂ 'ਚ ਕੋਈ ਕੁਆਲਿਟੀ ਨਹੀਂ ਹੈ, ਲੋਕ ਪਸੰਦ ਨਹੀਂ ਕਰਦੇ, ਲੋਕਾਂ ਦੇ ਨਕਾਰੇ, ਉਹਨਾਂ ਨੂੰ ਨਹੀਂ ਲਵਾਂਗੇ। ਰਾਜਾ ਆਪਣੀ ਗਾਂਪ ਵੀ ਉਮੀਦਵਾਰ ਹੋ ਸਕਦੇ? ਇਹਦਾ ਫੈਸਲਾ ਹਾਈਕਮਾਂਡ ਨੇ ਕਰਨਾ ਹੈ। ਜੇ ਰਾਹੁਲ ਗਾਂਧੀ ਕਹਿਣਗੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜ਼ੀ ਜਿਹਦੇ ਨਾਲ ਮਰਜ਼ੀ ਪੜਾ ਦੇਣ, ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ ਤੇ ਭਾਵੇਂ ਕਿਸੇ ਨਾਲ ਹੋਰ ਮਰਜ਼ੀ ਪੜਾ ਦੇਣ, ਜੇ ਰਾਹੁਲ ਗਾਂਧੀ ਔਰ ਖੜਗੇ ਸਾਹਿਬ ਕਹਿਣਗੇ, ਕਿਉਂਕਿ ਮੇਰੇ ਕੋਲ ਪੰਜਾਬ ਦੀ ਜ਼ਿੰਮੇਵਾਰੀ ਹੈ, ਮੈਨੂੰ ਬਤੌਰ ਪ੍ਰਧਾਨ ਬਣਾਇਆ, ਮੈਂ ਤਾਂ ਔਖੇ ਸਮਿਆਂ 'ਚੋਂ ਨਾ ਕਿ ਇੱਥੋਂ ਤੱਕ ਪਹੁੰਚਿਆ, ਚਾਹੇ ਉਹ ਗਿੱਦੜਬਾਹਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ, ਆ ਬਾਦਲਾਂ ਨਾਲ ਮੇਰਾ ਪੇਚਾ ਪਿਆ ਸੀ, ਇਹਨਾਂ ਨੂੰ ਚਣੇ ਚਬਾਤੇ ਸੀ, ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ, ਲੇਕਿਨ ਲੋਕਾਂ ਨੇ ਇਹ ਦਿਖਾਤਾ ਸੀ, ਲੋਕਾਂ ਦੇ ਪਿਆਰ ਨੇ ਇਹ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਘੱਟ ਨਹੀਂ। ਪ੍ਰਧਾਨ ਜੀ, ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ। ਬਿਲਕੁਲ, ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਹੈ ਔਰ ਕਿੱਥੇ ਉਹਨੂੰ ਅਮਲੀ ਜਾਮਾ ਬਣਾਇਆ ਜਾ ਰਿਹਾ ਜਾਏਗਾ, ਉਹ ਆਉਣ ਵਾਲਾ ਸਮਾਂ ਦੱਸੇਗਾ। ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ, ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ, ਸਾਡੇ ਵੱਡੇ ਭਰਾ ਨੇ, ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਵਾਸਤੇ ਹਮੇਸ਼ਾ ਅਸੀਂ ਹਾਜ਼ਰ ਹਾਂ।